ਖਬਰ ਲੈਂਦੇ ਹਾਂ ਬਟਾਲੇ ਤੋਂ। ਬਟਾਲੇ ਦੇ ਵਿਧਾਨ ਸਭਾ ਖੇਤਰ ਕਾਦੀਆਂ ਦੇ ਨੇੜੇ ਪਿੰਡ ਜੋਗੀ ਚੀਮਾ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਤੰਗਬਾਜ਼ੀ ਤੋਂ ਸ਼ੁਰੂ ਹੋਏ ਝਗੜੇ ਤੋਂ ਬਾਅਦ ਦੋਵੇਂ ਗਰੁੱਪ ਆਮੋ ਸਾਹਮਣੇ ਆ ਗਏ। ਇਸ ਦੌਰਾਨ ਗੋਲੀਆਂ ਚੱਲਣ ਦੇ ਕਾਰਨ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪੀਟਲ ਲਿਜਾਇਆ ਗਿਆ, ਲੇਕਿਨ ਉਸ ਦੀ ਹਾਲਤ ਦੇਖਦਿਆਂ ਹੋਇਆ ਜ਼ਖਮੀ ਨੌਜਵਾਨ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਮੌਕੇ ਤੇ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁਟ ਚੁੱਕੀ ਹੈ। ਬਾਤਚੀਤ ਦੇ ਦੌਰਾਨ ਜ਼ਖਮੀ ਨੌਜਵਾਨ ਦੀ ਭਾਬੀ ਅਮਨ ਨੇ ਦੱਸਿਆ ਕਿ ਮੇਰਾ ਦੇਵਰ ਛੱਤ ਤੇ ਪਤੰਗ ਉਡਾ ਰਿਹਾ ਸੀ ਅਤੇ ਪਤੰਗ ਨੂੰ ਲੈ ਕੇ ਸਾਡੇ ਸਾਹਮਣੇ ਰਿਸ਼ਤੇਦਾਰਾਂ ਦੇ ਨਾਲ ਮਾਮੂਲੀ ਗਾਲੀ ਗਲੋਚ ਹੋ ਗਈ, ਪਰੰਤੂ ਉਹਨਾਂ ਵੱਲੋਂ ਬਾਅਦ ਵਿੱਚ ਫਾਇਰ ਕੀਤੇ ਗਏ ਅਤੇ ਦੋ ਫਾਇਰ ਉੱਪਰ ਵੱਲ ਕੀਤੇ ਅਤੇ ਤੀਸਰਾ ਫਾਇਰ ਜਿਹੜਾ ਕੀਤਾ ਉਹ ਗੋਲੀ ਮੇਰੇ ਦੇਵਰ ਦੀ ਛਾਤੀ ਵਿੱਚ ਲੱਗ ਗਈ ਅਤੇ ਜਿਸ ਤੋਂ ਬਾਅਦ ਗੰਭੀਰ ਜ਼ਖਮੀ ਹੋ ਗਿਆ ਅਤੇ ਉਹਨਾਂ ਨੂੰ ਹਸਪੀਟਲ ਲਿਜਾਇਆ ਗਿਆ। ਪੀੜਤ ਪਰਿਵਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਕੀ ਗੱਲਬਾਤ ਹੋਈ ਹੈ ਆਓ ਸੁਣਦੇ ਹਾਂ। ਲੜਾਈ ਇਹਨਾਂ ਦੀ ਹੋਣ ਡੀ ਆ ਕੋਈ ਪਤੰਗ ਪਤੰਗ ਵਾਲਿਆਂ ਦੀ, ਅਤੇ ਇਸ ਕਰਕੇ ਉਹਨਾਂ ਨੇ ਸ਼ੇਰਾ ਆਇਆ ਵਾ ਗੱਡੀ ਦੇ ਵਿੱਚ ਅਤੇ ਉਹਨੇ ਗਾਲਾਂ ਕੱਢੀਆਂ ਵਾ, ਬਹੁਤ ਗਾਲ ਕੱਢਣ ਡੇ ਆ। ਉਦੋਂ ਉਹਨਾਂ ਨੇ ਵੀ ਕੋਠੇ 'ਤੇ ਬਹੁਤ ਗਾਲ ਕੱਢੀ ਆ, ਫਿਰ ਇਹਨਾਂ ਨੇ ਪਿਸਟਲ ਚਲਾਏ ਆ, ਉਹਨਾਂ ਨੇ ਵੱਟੇ ਚਲਾਏ ਆ, ਇਹਨਾਂ ਨੇ ਵੱਟੇ ਚਲਾਏ, ਉਹਨਾਂ ਨੇ ਬੋਤਲਾਂ ਚਲਾਈਆਂ। ਫਿਰ ਉਹ ਗੋਲੀ ਜਾ ਕੇ ਜਦੋਂ ਉਹਨੇ ਫਾਇਲ ਕੀਤੇ ਆ ਅਤੇ ਉਹ ਗੋਲੀ ਜਿਹੜੀ ਆ ਉਹ ਪੰਕਲ ਦੇ ਸਾਥੀ 'ਚ ਲੱਗੀ ਜਾਵੇ। ਇਧਰੋਂ ਸਾਡੇ ਚਾਚੇ ਦਾ ਮੁੰਡਾ ਹੋ ਗਿਆ, ਉਹਨਾਂ ਦੇ ਵੀ ਚਾਚੇ ਦਾ ਵੀ ਲੱਗਾ ਤੇ ਮਾਸੀ ਦਾ ਵੀ ਲੱਗਾ। ਹਾਂਜੀ, ਤੇ ਕਰਕੇ ਸਾਰਾ ਹੀ ਤੇ ਮਤਲਬ। ਦੂਸਰੇ ਪਾਸੇ ਮੌਕੇ ਤੇ ਪਹੁੰਚੇ ਸੰਬੰਧਿਤ ਥਾਣਾ ਪ੍ਰਭਾਰੀ ਨੇ ਕਿਹਾ ਕਿ ਪਤੰਗਬਾਜ਼ੀ ਨੂੰ ਲੈ ਕੇ ਦੋਹਾਂ ਗਰੁੱਪਾਂ ਦੇ ਵਿੱਚ ਖੂਬ ਝਗੜਾ ਹੋਇਆ ਅਤੇ ਗੋਲੀ ਵੀ ਚੱਲੀ ਜਿਸ ਦੇ ਕਾਰਨ ਇੱਕ ਨੌਜਵਾਨ ਗੋਲੀ ਲੱਗਣ ਦੇ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਦੋਸ਼ੀ ਹੋਏਗਾ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਸੁਣੋ ਉਹਨਾਂ ਨੇ ਕੀ ਕਿਹਾ। ਅੱਜ ਇੱਥੋਂ ਕੰਨਵਾਨ ਤੋਂ ਅੰਮ੍ਰਿਤਪਾਲ ਸਿੰਘ ਸਨ ਆਫ ਸਤਨਾਮ ਸਿੰਘ ਇੱਥੇ ਆਪਣੇ ਆਇਆ ਸੀ ਜੋਗੀ ਚੀਮੇ, ਪਿੱਛੋਂ ਜੋਗੀ ਚੀਮੇ ਦੇ ਆ, ਇੱਥੇ ਲੋਹੜੀ ਮਨਾਉਣ ਆਇਆ ਸੀ। ਇਹਨਾਂ ਦੀ ਆਪਸ ਵਿੱਚ ਗੁੱਡੀ ਗਾਡੀ ਚੜ੍ਹਾਉਣ ਤੋਂ ਲੜਾਈ ਹੋਈ ਆ। ਇੱਥੋਂ ਗੋਲੀ ਚਲਾਈ ਆ, ਸ਼ਮਸ਼ੇਰ ਸਿੰਘ ਦਾ ਨਾਂ ਲੈ ਰਹੇ ਆ ਜੀ, ਅਤੇ ਉਹਦੇ ਮੋਢੇ 'ਤੇ ਵੱਜੀ ਆ। ਉਹਨੂੰ ਹੁਣ ਹੋਸਪਿਟਲ ਕਰਤਾ ਰੈਫਰ, ਹੁਣ ਉਹਦਾ ਬਿਆਨ ਲੈ ਕੇ ਜੋ ਵੀ ਕਾਰਵਾਈ ਅਮਰ ਵਿੱਚ। ਬਟਾਲੇ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। ਮੈਂ ਆਪਣੇ ਇਹ ਮੋਢਿਆਂ ਅਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਅਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3-1 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।